जो मियां मोइन वट्टू का ट्रांसफार्मर जो का ट्रांसफार्मर था चोर उतार के ले गए यहाँ से चार पाई डाली हुई थी अच्छा कंप्यूटर पिया जी और जाते कितने दोनों बनना है जी एस कमरे अंदर एस कमरे इन लोहे के पोल्स के ऊपर रखा हुआ था वो मियां मोहिन वट्टू वाला एम एन ए साहब वाला ਜ਼ਰੇ ਟਿਊਬਲ ਵਾਲਾ ট্রান্সਫਾਰਮਰ ਜੋ ਚੋਰ ਉਤਾਰ ਕੇ ਲੈ ਗਏ ট্রান্সਫਾਰਮਰ ਨਹੀਂ ਲੈ ਗਏ ਤਾਂ ਮੀਆਂ ਸਾਹਿਬ ਦਾ ਲੈ ਗਿਆ ਨੂੰ ਕਿ ਉਹਨਾਂ ਨੂੰ ਪਤਾ ਨਹੀਂ ਆ ਵੀ ਇਹ ਮੀਆਂ ਸਾਹਿਬ ਦਾ ਹੈ ਪਤਾ ਹੈਗਾ ਜੀ ਉਹਨਾਂ ਮੇਰੇ ਕੋਲ ਪੁੱਛਾ ਜੀ ਉਹਨਾਂ ਆਖਾ ਪੁਰਾਣਾ ట్రాਫਰਮ ਕਿੰਦਾ ਹੈ ਤੇ ਨਵਾਂ ਕਿੰਦਾ ਤੋ ਯਹਾਂ ਪੇ ਤੋ ਜਨਾਬ ਕ੍ਰਿਮੀਨਲਸ ਨੇ ਚੈਲੰਜ ਕੀਆ ਹੈ ਤੈਰ ਵੀ ਜੱਟ ਸਾਹਿਬ ਕੋ ਜਿਹੋ ਫ੍ਰਾਂਜ਼ਿਕ ਦੀ ਟੀਮ ਆਈਏ ਜਿਹੋ ਫੈਂਸਿੰਗ ਦੀ ਟੀਮ ਆਈਏ ਜਿਹੜੀ ਕਾਲਸ ਵਗੈਰਾ ਦਾ ਡਾਟਾ ਲੈ ਲਿਆ ਗਏ ਗਲਤ ਕੀਤਾ ਹੈ ਨਾ ਪੁਲਿਸ ਨੇ ਇੱਥੇ ਡੰਡੀ ਮਾਰੀ ਹੈ ਜੀ ਜੀ असलम दोस्तों आम तौर पे हमारे यहाँ जो चोरियां होती हैं ये आम लोगों के यहाँ होती हैं जो इतने पावरफुल नहीं होते लेकिन यहाँ पे एक अनोखी चोरी हुई है कि जो इलाके का सबसे पावरफुल आदमी है उसके यहाँ ये चोरी हुई है इलाके का सबसे पावरफुल आदमी होता है एम एन ए और जी हाँ एम एन ए मियाँ मोइन वटू का ट्रांसफार्मर जो जरूरी ट्यूबवेल का ट्रांसफार्मर था चोर उतार के ले गए ये पीछे आप खंबा देख रहे हैं और ये खाली जगह भी देख रहे हैं ये जो दो पोल लगे हुए हैं लोहे के इनके ऊपर ये ट्रांसफार्मर लगा हुआ था जो अभी खाली है तो ये सारा वकुआ कैसे हुआ है यहाँ पे मौके पे मौजूद थे अजहर शाह साहब ये जो खड़े हुए हैं और अजहर शाह ने यहाँ पे चक्की बना रखी है ये जो पीछे कमरे हैं ये आटे वगैरह की चक्की जो दानों से आटा बनाते हैं गंदम से आटा बनाते हैं तो इनसे बात करते हैं कि जनाब ये सारा वकुआ कैसे हुआ है जी असला जी वालेकुम अस्सलाम जी जी मैं अंदर कंप्यूटर वेंदा अच्छा मैं सारा पहले दसो टाइम कितना को आ रहा था तक ग्यारह गुदा टाइम हैगा 11 ਕੁ ਦਾ ਟਾਈਮ ਆ ਤੁਸੀਂ ਕੰਪਿਊਟਰ ਵੇਂਦੇ ਪਿਆ ਨੇ ਮੈਂ ਕੰਪਿਊਟਰ ਵੇਂਦਾ ਪਿਆ ਮੰਜੀ ਤੇ ਬੈਠਾ ਉਹ 6 ਤੋਂ 7 ਬੰਦੇ ਲੈ ਵੇਖੇ ਜਰਾ 6 ਤੋਂ 7 ਬੰਦੇ ਜਿਹੜੇ ਨੇ ਆਏ ਨੂੰ ਉਹਨਾਂ ਮੈਨੂੰ ਪਗੜ ਲਿਆ ਅੱਛਾ ਪਗੜ ਤੇ ਜਿਹੜਾ ਨਾ ਵੀ ਉਹਨਾਂ ਦੂਸਰੇ ਕਮਰੇ ਅੰਦਰ ਲੈ ਗਏ ਨੇ ਉੱਥੇ ਮੰਜੀ ਜਿਹਾ ਪਾਈਨੇ ਤੂੰ ਉੱਤੇ ਮੈਨੂੰ ਜਪਾਇਆ ਨੇ ਅੱਛਾ ਤੇ ਉਸ ਤੋਂ ਬਾਅਦ ਉਹਨਾਂ ਮੈਨੂੰ ਬੰਨਾਇਆ ਚ ਬੰਨ ਤੇ ਬਾਕੀ ਤੇ ਬੰਦੇ ਇੱਕ ਜਣਾ ਮੇਰੇ ਕੋਲ ਖੋ ਰਿਆ ਨੇ ਤੇ ਬਾਕੀ ਦੇ ਆ ਤੇ ਟਰਾਂਸਫਾਰਮਰ ਨੂੰ ਕੰਮ ਸ਼ੁਰੂ ਕਰ ਦਿੱਤਾ ਇਹਨੇ ਖੋਲਨ ਦਾ ਖੋਲਨ ਦਾ ਜੀ ਅੱਛਾ ਉਸ ਤੋਂ ਬਾਅਦ ਤਕਰੀਬਨ 1 ਵਜੇ ਉਹ ਤੂੰ ਚਲੇ ਗਏ ਨੂੰ ਹੂੰ 1 ਵਜੇ ਜਿਹੜੇ ਸਮਾਨ ਵਾਲੇ ਪਹਿਲੇ ਨੂੰ ਚਲੇ ਗਏ ਨੂੰ ਤੇ ਬਾਕੀ ਦਾ ਦੋ ਜਣੇ ਜਿਹੜੇ ਹੈਗੇ ਨਾ ਉਹ ਪਿੱਛੇ ਗਏ ਨੂੰ ਮਤਲਬ 11 ਵਜੇ ਆਏ ਨੂੰ ਤੇ 1 ਵਜੇ ਤੱਕ ਆਦੀ ਕਾਰਵਾਈ ਕਰਦੇ ਰਹੇ ਕਾਰਵਾਈ ਕਰਦੇ ਰਹੇ ਜੀ ਬਿਲਕੁਲ ਜੀ ਉਸ ਤੋਂ ਬਾਅਦ ਯਾਹ ਨਿਕਲੇ ਨੇ ਤੇ ਫੌਲੀ ਮੈਂ ਵੀ ਮਗਰੋਂ ਨਿਕਲ ਗਿਆ ਮੈਂ ਉਹ ਤੇ ਬੂਬੂ ਕਰ ਦਿੱਤੀ ਮਗਰੋਂ ਜੀ ਅੱਛਾ ਹਾਂ ਜੀ ਤੇ ਉਸ ਤੋਂ ਬਾਅਦ ਮੋੜਾ ਆਦਮ ਇਕੱਠਾ ਹੋਇਆ ਲੇਕਿਨ ਉਹ ਚਲੇ ਗਏ ਨੇ ਅੱਛਾ ਉਹ ਚਲੇ ਗਏ ਅੱਛਾ ਹੁਣ ਨਾ ਜੀ ਅਸੀਂ ਪਹਿਲੇ ਦੋਨੋਂ ਵਿਖਾਣੇ ਕਿ ਇੱਥੇ ਦੋ ਟਰਾਂਸਫਾਰਮਰ ਆਏ ਜਿਹੜਾ ਸ਼ਾਹ ਸਾਹਿਬ ਨੇ ਵਕੂਆ ਦੱਸਿਆ ਨਾ ਪਹਿਲੇ ਦੋਨੋਂ ਜਗ੍ਹਾ ਵਿਖਾਣੇ ਜਿੱਥੇ ਕੰਪਿਊਟਰ ਵੇਂਦੇ ਪਏ ਤੇ ਉਦੋਂ ਬਾਅਦ ਦੋਨੋਂ ਇਹ ਵਿਖਾਣੇ ਕਿ ਇੱਥੇ ਦੋ ਟਰਾਂਸਫਾਰਮਰ ਆਏ ਇੱਕ ਇਹਨਾਂ ਦਾ ਚੱਕੀ ਦਾ ਟਰਾਂਸਫਾਰਮਰ ਐਵੇਂ ਸ਼ਾਹ ਜੀ ਬਿਲਕੁਲ ਜੀ ਬਿਲਕੁਲ ਚੱਕੀ ਦਾ ਟਰਾਂਸਫਾਰਮਰ ਇੱਥੇ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਉਹ ਚੱਕੀ ਦਾ ਟਰਾਂਸਫਾਰਮਰ ਛੱਡ ਗਿਆ ਇਹਨੂੰ ਤੇ ਮੀਆਂ ਸਾਹਿਬ ਵਾਲਾ ਜਿਹੜਾ ਟਰਾਂਸਫਾਰਮਰ ਹੈ ਨਾ ਮੀਆਂ ਮੁਹੀਨ ਬੱਟੂ ਐਮਐਨਏ ਵਾਲਾ ਉਹ ਲੈ ਗਿਆ ਇਹਨੂੰ ਪਹਿਲੇ ਦ नाल गया नो भी है आप देख सकते हैं तो अब शाह पुछते है मैं थोड़ा सा आपको दिखाना चाहता हूँ की ये हुआ कैसे है वकुआ सारा हां जी शाह कहाँ पे आपने चार पाई डाली हुई थी यहाँ से चार पाई डाली हुई थी अच्छा इतना कंप्यूटर पिया ये जटा पईया कम्प्यूटर पियार इटा उगा जी ਤੇ ਚਾਰ ਪਈ ਤੁਹਾਡੀ ਇੱਥੇ ਹਾਂਜੀ ਇੱਥੇ ਇੱਥੋਂ ਆਤ ਤੁਹਾਨੂੰ ਕਿੰਨੇ ਬੰਦਿਆਂ ਨੇ ਪਗੜਾਏ 6 ਤੋਂ 7 ਬੰਦੇ ਆਏ ਤੇ ਅਗਾ ਕਿੱਧਰ ਲੈ ਗਏ ਨੂੰ ਐਵੇਂ ਅਗਾ ਇੱਧਰ ਲੈ ਕੇ ਚੱਲੋ ਹਾਂਜੀ ਇਹ ਵੇਖੋ ਇਹ ਜੀ ਲੋਕੇਸ਼ਨ ਹੈ ਇਹ ਸ਼ਾਹਵਰੀ ਜਾ ਰਹਾ ਨੂੰ ਸਮਝੋ ਸ਼ਾਹ ਰਾਨੋ ਮੁਸ਼ਕਾਂ ਬਾਈ ਦੇ ਕੇ ਉਹ ਇੱਥੋਂ ਲ ਜਾ ਰਹਾ ਇਹ ਵੇਖੋ ਨਾ ਇੱਥੇ ਤਿੰਨ ਕਮਰੇ ਨੇ ਤਿੰਨੀ ਹਨ ਸ਼ਾਹ ਜੀ ਹਾਂਜੀ ਤਿੰਨ ਕਮਰੇ ਇੱਕ ਕਮਰਾ ਇਹ ਸਾਹਮਣੇ ਹੈ ਇੱਕ ਕਮਰਾ ਇਹ ਇਹ ਮੋਟਰਾ ਵਾਲਾ ਕਮਰਾ ਹੈ ਨਾ ਸ਼ਾਹ ਜੀ ਹਾਂਜੀ ਇਹ ਮੋਟਰਾ ਅੱਛਾ ਇੱਥੇ ਰੁਕਿਆ ਜੀ ਇਹ ਚੱਕੀ ਵਾਲਾ ਕਮਰਾ ਹੈ ਤਿੰਨ ਕਮਰੇ ਨੂੰ ਐਵੇਂ ਸ਼ਹਰਾਂ ਨੂੰ ਲਈ ਗਏ ਨੂੰ ਹਾਂਜੀ ਤੇ ਲਿਜਾ ਤੇ ਉਹਨਾਂ ਕਿੱਥੇ ਤੁਹਾਨੂੰ ਬੰਨਿਆ ਜੀ ਇਸ ਕਮਰੇ ਅੰਦਰ ਜੀ ਇਸ ਕਮਰੇ 'ਚ ਇਹ ਮੋਟਰ ਦਾ ਕਮਰਾ ਹੈ ਜਿੰਦੇ ਅੰਦਰ ਮੋਟਰ ਲੱਗੀ ਹੋਈ ਹੈ ਇਹ ਇਹ ਮੋਟਰ ਤੁਸੀਂ ਲੱਗੀ ਹੋਈ ਵੇਖ ਰਿਹਾ ਜੀ ਹਾਂਜੀ ਮੋਟਰ ਕਿੱਧਰ ਹੈ ਸ਼ਾਹ ਜੀ ਮੋਟਰ ਬਾਹਰ ਹੈ ਅੱਛਾ ਬਾਹਰ ਹੈ ਅੰਦਰ ਇਹ ਹੁੰਦਾ ਆਨ-ਆਫ ਵਾਲਾ ਲੱਗਾ ਹਾਂਜੀ ਹਾਂਜੀ ਬਿਲਕੁਲ ਆਨ-ਆਫ ਵਾਲਾ ਜਿਹੜਾ ਹੈ ਨਾ ਜੀ ਉਹ ਬੋਲ ਲੱਗਾ ਵੀ ਅੰਦਰ ਇੱਥੇ ਲੈ ਕੇ ਉਹਨਾਂ ਤੁਹਾਨੂੰ ਬੰਦ ਦਿੱਤਾ ਬੰਦ ਦਿੱਤਾ ਜੀ ਡਾਕਵਾਨੇ ਇੱਕ ਬੰਦਾ ਹੈ ਤੇ ਖੋਰੀਆ ਮੇਰੇ ਕੋਲ ਜੀ ਅੱਜ ਇੱਥੇ ਤੁਹਾਨੂੰ ਮੰਜੀ ਤੇ ਬੰਨਾ ਨੇ ਥੱਲੇ ਮੰਜੀ ਤੇ ਮੰਜੀ ਤੇ ਅੰਦਰ ਮੰਜੀ ਇੱਥੇ ਪਈ ਹੈ ਜਾਂ ਲੈ ਆਂਦੇ ਮੰਜੀ ਉਹਦੋਂ ਲਿਆਂਦੇ ਨੇ ਮੇਰੇ ਵਾਲੀ ਚੁੱਕ ਤੇ ਅੱਛਾ ਤੁਹਾਡੇ ਵਾਲੀ ਮੰਜੀ ਲਿਆ ਤੇ ਉਹਦੇ ਉੱਤੇ ਤੁਹਾਨੂੰ ਬੰਨਾ ਕੇ ਨਾਲੇ ਨੇ ਠਿਗੜੀਆਂ ਨਾਲ ਜਿਹੜੇ ਤੁਹਾਡੇ ਕੋ ਕਪੜੇ-ਕੁਪੜੇ ਆ ਹਾਂਜੀ ਕਪੜੇ-ਕੁਪੜੇ ਉਹਨਾਂ ਨਾਲ ਠੀਕ ਹੈ ਇੱਕ ਬੰਦਾ ਇੱਥੇ ਤੁਹਾਡੇ ਉੱਤੇ ਖੜਾ ਹਾਂਜੀ ਇੱਕ ਬੰਦਾ ਇੱਥੇ ਖੜਾ ਰਿਹਾ ਜਿੱਥੇ ਜਿੱਥੇ ਖੜੇ ਬਿਲਕੁਲ ਠੀਕ ਹੈ ਅੱਛਾ ਜੀ ਹੁਣ ਅਸੀਂ ਜਾ ਕੇ ਤੁਹਾਨੂੰ ਵਿਖਾਣੇ ਕਿ ਟਰਾਂਸਫਾਰਮਰ ਦੋ ਆਏ ਜਿਵੇਂ ਮੈਂ ਆਖਿਆ ਆਜੋ ਸਾ ਜੀ ਜੀ ਦੋਸਤੋ ਇਹ ਚੱਕੀ ਵਾਲਾ ਟਰਾਂ ये शाहजी का ट्रांसफार्मर है जो इनकी चक्की वाला है क्यों शाह जी ये धोडा है ना बिल्कुल जी और ये जो पहले हम वीडियो बना रहे थे और ये आपको खाली पोल नजर आ रहे थे इन लोहे के पोल्स के ऊपर रखा हुआ था वो मियाँ मोहिन्न वटू वाला एम एन एसाह वाला ट्यूब वेल वाला ट्रांसफार्मर जो चोर उतार के ले गए और ये देखे ये खाली है जगह ਔਰ ਇਹ ਅਭੀ ਵੀ ਮੌਜੂਦ ਹੈ ਚੱਕੀ ਵਾਲਾ ਟਰਾਂਸਫਾਰਮਰ। ਅਬ ਸ਼ਾਹ ਜੀ ਸੇ ਬਾਤ ਕਰਤੇ ਹੈ ਦੁਬਾਰਾ ਪੰਜਾਬੀ ਮੈਂ। ਜੀ ਸ਼ਾਹ ਜੀ ਸਾਨੂੰ ਇਹ ਦੱਸੋ ਵੀ ਉਹ ਤੁਹਾਡਾ ਟਰਾਂਸਫਾਰਮਰ ਨਹੀਂ ਲੈ ਗਏ ਤੇ ਮੀਆਂ ਸਾਹਿਬ ਦਾ ਲੈ ਗਏ ਨੂੰ। ਕਿ ਉਹਨਾਂ ਨੂੰ ਪਤਾ ਨਹੀਂ ਆ ਵੀ ਇਹ ਮੀਆਂ ਸਾਹਿਬ ਦਾ ਹੈ। ਪਤਾ ਹੈਗਾ ਜੀ ਉਹਨਾਂ ਮੇਰੇ ਕੋਲ ਪੁੱਛਾ ਜੀ ਉਹਨਾਂ ਆਖਾ ਪੁਰਾਣਾ ਟਰਾਂਸਫਾਰਮ ਕਿੰਦਾ ਹੈ ਤੇ ਨਵਾਂ ਕਿੰਦਾ। ਮੈਂ ਆਖਾ ਪੁਰਾਣਾ ਸਾਡਾ ਹੈਗਾ ਚੱਕੀ ਦਾ ਹੈ ਤੇ ਨਵਾਂ ਮੀਆਂ ਮੋਇਨ ਖਾਂ ਦਾ ਹੈ। ਅੱਛਾ। ਉਹਨਾਂ ਆਖੋ ਉਹ ਕੌਣ ਹੈ? ਮੈਂ ਆਖਾ ਵੱਟੂ ਹੈ ਐਮ ਐਨ ਹੈ। ਅੱਛਾ। ਐਮ ਐਨ ਤੇ ਐਮ ਪੀ ਉਹ ਆਪ ਬਜਾਤੇ ਖੋਦ ਨੂੰ। ਅੱ ਤੇ ਉਸ ਬਾਅਦ ਉਹਨੇ ਇੱਕ ਟਰਫਰਮ ਡੇਗਾ ਹੁੰਦਾ ਸਮਾਨ ਗੱਡਾ ਨਾ ਮੋੜ ਦੂਸਰਾ ਡੇਗਾ ਇਹਨੇ ਪਹਿਲੇ ਨਵਾਂ ਡੇਗਾ ਨੇ ਮੀਆਂ ਸਾਹਿਬ ਹਾਂਜੀ ਪਹਿਲੇ ਨਵਾਂ ਡੇਗਾ ਉਦੋਂ ਬਾਅਦ ਤੁਹਾਡੇ ਵਾਲਾ ਡੇਗਾ ਹਾਂਜੀ ਫੇਰ ਮੇਰੇ ਵਾਲਾ ਡੇਗਾ ਹੈ ਨਾ ਜੀ ਤੇ ਫੇਰ ਇਹਦਾ ਕਿਉਂ ਲੈ ਗਿਆ ਸਮਾਨ ਇਹ ਜੀ ਰੱਬ ਜਾਣਦਾ ਜੀ ਉਹਨਾਂ ਨੂੰ ਕੀ ਮਸਲਾ ਬਣਾਇਆ ਜਾਂ ਕੋਈ ਸ਼ੱਕ ਸ਼ੁਬਾ ਪੈ ਗਿਆ ਨੇ ਜਾਂ ਕੀ ਕੁਛ ਬਣਾਇਆ ਹੈ ਅਗਰ ਰੱਬ ਨੂੰ ਪਤਾ ਹੈ ਜਾਂ ਉਹਨਾਂ ਚੋਰਾਂ ਨੂੰ ਪਤਾ ਹੈ ਨਾ ਜੀ ਫਿਰ ਦੂਸਰਾ ਉਹਨਾਂ ਖੁਰਾ ਵੀ ਕੱਢਿਆ ਤਕਰੀਬਨ ਜਿਹਦੇ ਚੋਰ ਗਏਨ ਜਿਸ ਤਰ੍ਹਾਂ ਸਾਈਡ ਦੇ ਉਹਨਾਂ ਦੇ ਪਿੱਛੇ ਵੀ ਉਹਨਾਂ ਨੇ ਟਰਾਈ ਕੀਤੀ ਹੈ ਮਤਲਬ ਖੁਰੇ ਵਾਲੇ ਐਕਸਪਰਟ ਨਾਲ ਲੈ ਗਿਆ ਹੈ ਨਹੀਂ ਉਹ ਆਪ ਹੀ ਜੋ ਖੋਦੀ ਹੈ ਉਹਨਾਂ ਦਾ ਤਜਰਬਾ ਹੁੰਦਾ ਤਜਰਬਾ ਹੁੰਦਾ ਬਿਲਕੁਲ ਉਸ ਤੋਂ ਬਾਅਦ ਦੁਬਾਰਾ ਸਵੇਰ ਤਕਰੀਬਨ 7 ਵਜੇ ਦੂਸਰਾ ਡਾਲਾ ਵੀ ਆਇਆ ਜਿੰਦੇ ਚ ਸਬ ਇੰਸਪੈਕਟਰ ਰਾਏ ਕੀ ਮਾਰ ਅਸਲਾ ਮੈਂ ਆਇਆ ਸੀ ਹਾਂਜੀ ਉਹ ਆਏ ਨਾ ਫਿਰ ਦੁਬਾਰਾ ਚੈੱਕ ਕੀਤਾ ਐ ਸਾਈਡ ਤੋਂ ਜਾ ਕੇ ਨਾ ਉਹ ਬੰਨ ਤੇ ਜਾ ਕੇ ਚੋਰ ਚੜੇ ਅੱਛਾ ਬੰਨ ਬਖਾ ਦਿਓ ਜੀ ਉਹ ਇਹ ਜਿਹੜਾ ਖੁਰਾ ਨਾ 1 ਮਿੰਟ ਮਾਜਦ ਭਾਈ ਇਹ ਜਿਹੜਾ ਖੁਰਾ ਵੇਖੋ 1 ਮਿੰਟ ਇਹ ਵੇਖੋ ਜੀ ਇਹ ਤੁਹਾਨੂੰ ਬੁਖਾਰ ਆਇਆ ਕਿ ਇਹ ਸੜਕ ਜਾ ਰਹੀ ਹੈ ਇਹ ਸੜਕ ਜਾ ਰਹੀ ਅੱਗੇ ਜਾ ਕੇ ਪੱਕੀ ਸੜਕ ਤੇ ਚੜ ਰਹੀ ਹੈ ਅੱਗੇ ਜਾ ਤੇ ਗੰਧਮ ਤੋਂ ਹੁੰਦੇ ਹੋਏ ਆ ਅੱਛਾ ਇਹ ਅੱਗੇ ਵੇਖੋ ਜਿਹੜੀ ਗੰਧਮ ਦੀ ਫਸਲ ਖੜੀ ਹੈ ਨਾ ਮੈਂ ਜ਼ੂਮ ਕਰਕੇ ਵਿਖਾ ਰਿਹਾ ਇਹਦੇ ਵਿੱਚੋਂ ਲੰਗੇ ਹਾਂ ਜੀ ਹਾਂ ਇਹਦੇ ਵਿੱਚੋਂ ਜਾ ਕੇ ਬੰਨ ਚੜੇ ਇਹ ਇਹਦੇ ਵਿੱਚੋਂ ਜਾ ਕੇ ਗੰਧਮ ਦੀ ਫਸਲ ਦੇ ਤੇ ਇਹ ਅੱਗੇ ਬੰਨ ਖੜਾ ਜੇ ਇਹ ਵੇਖੋ ਆ ਜਿਹੜੀ ਉੱਚੀ ਦੋਨੋਂ ਉਭਰੀ ਹੋਈ ਜਗ੍ਹਾ ਨਜ਼ਰ ਆ ਰਹੀ ਹੈ ਨਾ ਇਹ ਬੰਨ ਹੈ ਇਹ ਕਿਉਂਕਿ ਫਲੱਡ ਏਰੀਆ ਹੈ ਤੇ ਸਾਡੇ ਵੱਲੇ ਬੰਨ ਬੰਨ ਬਣਾਏ ਜਾਂਦੇ ਨੇ ਇਹ ਉਭਰਾਵਿਆ ਜਿਹੜਾ ਏਰੀਆ ਹੈ ਜਿੰਦੇ ਉੱਤੇ ਪੱਥਰ ਵੀ ਸ਼ਾਇਦ ਨਜ਼ਰ ਆ ਰਹੇ ਹੋਮਨੇ ਬੰਨ ਹਾਂਜੀ ਮਾਜਦ ਭਾਈ ਖੁਰਾ ਤੁਸੀਂ ਦੱਸਦੇ ਪਿਆ ਨੇ ਨਿਕਲਾ ਜੀ ਖੁਰੇ ਤੋਂ ਬਾਅਦ ਜੋ ਜਿਹੜਾ ਨਾ ਵੀ ਉਹਨਾਂ ਨਿਸ਼ਾਨਾਤ ਖਤਮ ਕਰ ਦਿੱਤੇ ਸੀ ਬੰਦ ਤੇ ਚੜ ਕੇ ਉਦੋਂ ਬਾਅਦ ਅੱਗੇ ਸਾਡਾ ਖੁਰਾ ਨਹੀਂ ਗਿਆ ਕਿਉਂਕਿ ਬੰਦ ਤੇ ਪੁਖਤਾ ਸੜ ਗਿਆ ਪੁਖਤਾ ਸੜ ਗਿਆ ਜੀ ਉਸ ਤੋਂ ਬਾਅਦ ਜਿਓ ਫਰਾਂਜ਼ਿਕ ਦੀ ਟੀਮ ਆਈਏ ਉਹਨਾਂ ਆਪਣੇ ਜੋ ਨਿਸ਼ਾਨ ਆਸਨ ਉਹ ਕਲੈਕਟ ਕੀਤੇ ਨੇ ਆਪਣੀ ਕਾਰਵਾਈ ਉਹਨਾਂ ਮੁਕੰਮਲ ਕੀਤੀ ਹਾਂ ਉਸ ਤੋਂ ਬਾਅਦ ਜਿਓ ਫੈਂਸਿੰਗ ਦੀ ਟੀਮ ਆਈਏ ਜਿਹੜੀ ਕਾਲਸ ਵਗੈਰਾ ਦਾ ਡਾਟਾ ਲੈਂਦੀ ਵੀ ਇਸ ਇਲਾਕੇ ਜਿਹੜੀ ਕਾਲਸ ਹੋਈਆਂ ਨੇ ਜਾਂ ਇਸ ਤਰ੍ਹਾਂ ਦੇ ਕੁਝ ਮਸ਼ਕੂਕ ਕਾਲਸ ਐਂ ਉਹ ਨਾ ਚੈੱਕ ਕਰਦੇ ਮਤਲਬ ਇਹ ਉਹ ਚੈੱਕ ਕਰਦੇ ਨਾ ਕਿ ਜਿਹੜੇ ਟਾਈਮ ਡਕੇਤੀ ਹੋਈ ਹੈ ਉਸ ਟਾਈਮ ਜਿਹੜੇ ਨੰਬਰ ਐਕਟਿਵ ਆਏ ਸੀ ਲੱਗੇ ਐਕਟਿਵ ਹੈ ਬਿਲਕੁਲ ਉਹ ਉਹਨਾਂ ਚੈੱਕ ਕੀਤੇ ਨੇ ਫਿਰ ਉਹ ਵੀ ਚਲੇ ਗਏ ਨੇ ਉਹ ਵੀ ਉਹਨਾਂ ਕਿਹਾ ਸੀ ਤੁਹਾਨੂੰ ਆਪਣਾ ਡਾਟਾ ਦੇਵਾਂਗੇ

ਉਹਦੀ وجہ ਹੈ ਕਿ ਵੇਖੋ ਬੰਦੇ ਦੱਸਦੇ ਪੈਨੋ ਸ਼ਾਹ ਸਾਹਿਬ 7 ਤੋਂ 8 ਹਾਂਜੀ ਬਿਲਕੁਲ ਤੁਸੀਂ ਪਹਿਲੇ ਵੀ ਕਲਿੱਪ ਸੁਣੋਗੇ ਨਾ ਪੰਜ ਬੰਦਿਆਂ ਤੋਂ ਜ਼ਿਆਦਾ ਅਗਰ ਬੰਦੇ ਰਲ ਕੇ ਕੋਈ ਵਾਰਦਾਤ ਕਰਨਵੇਂ ਮਤਲਬ ਜ਼ੋਰੇ ਬਾਜ਼ੂ ਤੇ ਉਹ 395 ਲੱਗਦੀ ਹੈ ਜੀ ਉਹਨਾਂ ਬੰਦੇ ਚਾਰ ਸ਼ੋ ਕੀਤੇ ਨੇ ਆਪਣੇ ਲੇਕਿਨ ਗਲਤ ਕੀਤਾ ਹੈ ਨਾ ਪੁਲਿਸ ਨੇ ਇੱਥੇ ਡੰਡੀ ਮਾਰੀ ਹੈ ਜੀ ਜੀ ਔਰ ਗਲਤ ਕੀਤਾ ਹੈ 395 ਦੀ ਐਫ ਆਈ ਆਰ ਅਗਰ ਬਣਦੀ ਹੈ ਪਹਿਲੀ ਗੱਲ ਹੈ ਚਾਰ ਬੰਦੇ ਕਾਰ ਨਹੀਂ ਸਕਦੇ ਡਿਗੇਤੀ ট্রান্সਫਾਰਮਰ ਦੀ ਜਿਆਦਾ ਬੰਦੇ ਚਾਹੀਦੇ ਹੁੰਦੇ ਨੇ ਇਸ ਕੰਮ ਵਾਸਤੇ ਲੇਕਿਨ ਉਹਨਾਂ 392 ਦੀ ਖੈਰ ਐਫ ਆਈ ਆਰ ਦੇ ਕੇ ਇੱਥੇ ਪੁਲਿਸ ਨੇ ਬਿਲਕੁਲ ਗਲਤ ਕੀਤਾ 395 ਦੀ ਐਫ ਆਈ ਆਰ ਬਣਦੀ ਹੈ ਤੇ ਤੁਹਾਡੀ ਹੌਨ ਐਂਡ ਤੇ ਸਿਰਫ ਇਹਨਾ ਪੁੱਛਾਂਗੇ ਮੇ ਮੋਇਨ ਖਾਨ ਨਾਲ ਨਹੀਂ ਹੋਈ ਗੱਲ ਜੀ ਉਸ ਤੋਂ ਬਾਅਦ ਰਾਤ 3 ਵਜੇ ਹੀ ਮੈਂ ਕਾਲ ਕੀਤੀ ਸੀ ਉਹਨਾਂ ਦਾ ਜਿਹੜਾ ਮੁੰਸ਼ੀ ਹੈ ਇਬਰਾਹੀਮ ਅੱਛਾ ਉਹਨਾਂ ਨੂੰ ਮੈਂ ਕਾਲ ਕੀਤੀ ਬੱਸ ਐਸ ਐਸ ਕਿ ਆਪਣਾ ਟਰਾਂਸਫਾਰਮਰ ਉਤਰ ਗਿਆ ਉਹਨਾਂ ਕਿਹਾ ਸੀ ਵੀ ਤੁਸੀਂ ਕਾਲ ਕਰੋ ਇਹ 15 ਤੇ ਜੋ ਵੀ ਕਾਰਵਾਈ ਹੈ ਅਸੀਂ ਵੀ ਥਾੜੇ ਨੂੰ ਜਾਂ ਡੀਪੀਆ ਨੂੰ ਕਾਲ ਕਰਾਂਗੇ ਉਹਨਾਂ ਵੀ ਜ਼ਰੀ ਗੱਲ ਆਪਣੀ ਡੀਪੀਆ ਨੂੰ ਜਾਂ ਐਸਐਚ ਨੂੰ ਕਾਲ ਕੀਤੀ ਹੋਣੀ ਹੈ ਕੀਤੀ ਹੋਣੀ ਲੇਕਿਨ ਤੁਹਾਡਾ ਮੀਆਂ ਸਾਹਿਬ ਨਾਲ ਡਾਇਰੈਕਟ ਰਾਪਤਾ ਨਹੀਂ ਹੈ ਜੀ ਮੀਆਂ ਸਾਹਿਬ ਨਾਲ ਮੇਰਾ ਡਾਇਰੈਕਟ ਫੋਨ ਤੇ ਰਾਪਤਾ ਕਿਉਂਕਿ ਰਾਤ 3 ਵਜੇ ਮੈਂ ਮناسب ਨਹੀਂ ਸਮਝਿਆ ਉਹ ਤੋਂ ਬਾਅਦ ਵੀ ਨਹੀਂ ਹੋਇਆ ਹੁਣ ਤਾਂ ਨਹੀਂ ਉਹ ਤੋਂ ਬਾਅਦ ਵੀ ਮੈਂ ਕਾਲ ਨਹੀਂ ਕੀਤੀ ਜੋ ਵੀ ਸਾਡੇ ਮਾਮਲੇ ਤੇ ਡਿਸਕਸ ਹੁੰਦੇ ਨੇ ਪਹਿਲੇ ਵੀ ਉਹ ਸੀ ਮਨਸ਼ੀਰ ਆਲੀ ਇਬਰਾਹਿਮ ਨਾਲ ਹੀ ਕਰ ਸਹੀ ਸਹੀ